ਤੇ ਜਿਸ ਘਰ ਚ ਧੀ ਨੀ ਹੈਗੀ ਤੁਹਾਨੂੰ ਪਤਾ ਨੀ ਤੁਹਾਡਾ ਪਰਿਵਾਰ ਕਿੰਨਾ ਅਧੂਰਾ ਹੈ। ਸੋ ਇਹ ਧੀਆਂ ਤਾਂ ਰੱਬ ਦੀ ਦਿੱਤੀ ਹੋਈ ਦਾਤਾਂ ਹੁੰਦੀਆਂ ਨੇ ਤੇ ਅੱਜ ਜਦ ਸਾਰੀ ਔਰਤਾਂ ਇਕੱਠੀਆਂ ਹੁੰਦੀਆਂ ਨੇ ਆਪਸ ਚ ਰਲ ਮਿਲ ਕੇ ਖੁੱਲ ਕੇ ਇੱਕ ਤਿਉਹਾਰ ਧੀਆਂ ਦਾ ਹੁੰਦਾ ਹੈ ਤੇ ਬੜੀ ਖੁਸ਼ੀਆਂ ਹੁੰਦੀਆਂ ਨੇ ਤੇ ਹਰ ਘਰ ਦੀ ਖੁਸ਼ੀ ਇੱਕ ਔਰਤ ਦੇ ਵਿੱਚ ਸਮਾਈ ਹੁੰਦੀ ਹੈ। ਤੇ ਅੱਜ ਦੇ ਦਿਨ ਮੈਂ ਆਹੀ ਕਹਾਂਗੀ ਕਿ ਆਪਣੇ ਘਰ ਚ ਤੁਸੀਂ ਧੀਆਂ ਜ਼ਰੂਰ ਮਨਾਓ ਇਕੱਠੇ ਹੋ ਕੇ ਰਿਸ਼ਤੇਦਾਰਾਂ ਚ ਸਹੇਲੀਆਂ ਚ ਤੇ ਆਪ ਦੇ ਘਰ ਚ ਜਿਹੜੀ ਔਰਤਾਂ ਹੈਗੀਆਂ ਤੁਹਾਡੀ ਘਰਵਾਲੀ ਹੈਗੀ ਤੁਹਾਡੀ ਧੀ ਹੈਗੀ ਮਾਂ ਹੈਗੀ ਨਾਨੀ ਦਾਦੀ ਜਿਹੜਾ ਰਿਸ਼ਤਾ ਹੈ ਉਸ ਰਿਸ਼ਤੇ ਨੂੰ ਤੁਸੀਂ ਸਨਮਾਨਿਤ ਵੀ ਕਰੋ ਤੇ ਉਸ ਰਿਸ਼ਤੇ ਦਾ ਕਦਰ ਤੇ ਆਦਰ ਵੀ ਕਰੋ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਜਨਵਰੀ 2020 ਦੇ ਦਾਖਲੇ ਖੁੱਲ ਚੁੱਕੇ ਹਨ, ਯੂ ਨੋ SDS ਨੋਨ SDS ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।